ਹਾਂ ਜੀ ਕਿਸਾਨ ਵੀਰੋ ਸਾਰਿਆਂ ਨੂੰ ਫਿਰ ਤੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਆਪਨੇ ਥੰਬਨੇਲ ਦੇ ਵਿੱਚ ਦੇਖਿਆ ਹੀ ਹੈ ਵੀ ਝੋਨੇ ਦਾ 40% ਝਾੜ ਮਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਇਹ ਬਹੁਤ ਵੱਡਾ ਕਾਰਨ ਹੈ ਫਾਈਨਲ ਸਟੇਜ ਜਿਵੇਂ ਆਪਾਂ ਸ਼ੁਰੂਆਤੀ ਦਿਨਾਂ ਵਿੱਚ ਝੋਨੇ ਨੂੰ ਬੱਚਿਆਂ ਵਾਂਗੂ ਪਾਲਿਆ ਉਸੇ ਤਰ੍ਹਾਂ ਫਾਈਨਲ ਜਿਹੜੀ ਸਟੇਜ ਹੈ ਉਹ ਮੈਂ ਸਾਰਾ ਤੁਹਾਨੂੰ ਦੱਸਦਾ ਕਿਹੜੀ ਹੁੰਦੀ ਹੈ ਫਾਈਨਲ ਸਟੇਜ ਤੇ ਕਿਵੇਂ-ਕਿਵੇਂ ਝਾੜ ਨੂੰ ਵਧਾਇਆ ਜਾ ਸਕਦਾ ਹੈ ਮੇਨ ਕੰਮ ਹੈ ਵੀ ਇਹਨੂੰ ਝੋਨੇ ਨੂੰ ਇੱਕ ਸਾਰ ਪੱਕਣਾ ਜ਼ਰੂਰੀ ਹੈ ਤੇ ਪਾਣੀ ਲਾਉਣਾ ਬਹੁਤ ਜ਼ਰੂਰੀ ਹੈ ਅਸਲ ਵਿੱਚ ਇਹ ਵੀਡੀਓ ਪਾਣੀ ਦੀ ਮੈਨੇਜਮੈਂਟ ਤੇ ਹੋਊਗੀ ਪਾਣੀ ਕਦੋਂ-ਕਦੋਂ ਲਾਉਣਾ ਹੈ ਕਿਹ ਸਪ੍ਰੇਆਂ ਆਪਾਂ ਨੂੰ ਕਰਨੀਆਂ ਜ਼ਰੂਰੀ ਹੈ ਜੇ ਜ਼ਰੂਰੀ ਹੈ ਤਾਂ ਕਿਹੜੀਆਂ ਤੇ ਨਹੀਂ ਤਾਂ ਨਹੀਂ ਜ਼ਰੂਰੀ ਤਾਂ ਉਹਦੇ ਕਾਰਨ ਕੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿੰਨਾ ਵੀਰਾਂ ਨੇ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਨਵੇਂ ਵੀਰ ਉਹ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਪ੍ਰੈਸ ਕਰ ਦੇਣ ਤਾਂ ਕਿ ਲੇਟੈਸਟ ਵੀਡੀਓ ਅਪਡੇਟ ਹੋ ਕੇ ਉਹਨਾਂ ਕੋਲੇ ਤੁਰੰਤ ਮਿਲ ਜਾਣ ਹਾਂਜੀ ਵੀਰ ਉਹ ਗੱਲ ਕਰਦੇ ਆਂ ਆਪਾਂ ਫਾਈਨਲ ਸਟੇਜ ਝੋਨੇ ਦੀ ਜਿਵੇਂ ਹੁਣ ਪੱਕਣ ਵੱਲ ਨੂੰ ਤੁਰ ਪਿਆ ਮੁੰਜਰਾ ਨਿਕਲਿਆ ਆਈਆਂ ਜਦੋਂ ਝੋਨੇ ਦੀ ਪਹਿਲੀ ਮੁੰਜਰ ਨਿਕਲਦੀ ਹੈ ਜੀ ਪਹਿਲੀ ਮੁੰਜਰ ਇਹ ਜਦੋਂ ਆਪਣੇ ਖੇਤ ਵਿੱਚ ਪਹਿਲੀ ਮੁੰਜਰ ਨਿਕਲਦੀ ਹੈ 5 ਤੋਂ 10 ਦਿਨ ਦਾ ਪ੍ਰੋਸੈਸ ਹੁੰਦਾ ਜੀ ਸਾਰੇ ਖੇਤ ਦੀਆਂ ਮੁੰਜਰਾਂ ਨਿਕਲਣ ਦਾ ਐ ਨਹੀਂ ਵੀ ਜੇ ਇੱਕ ਮੁੰਜਰ ਨਿਕਲੀ ਤੇ ਸਾਰੀਆਂ ਨਿਕਲਣਗੀਆਂ ਤੁਹਾਨੂੰ ਵੀ ਪਤਾ ਹੀ ਹੈ 5 ਤੋਂ 10 ਦਿਨ ਲੈਂਦਾ ਸਾਰਾ ਖੇਤ ਇੱਕ ਬਰਾਬਰ ਨਹੀਂ ਚੱਲਦਾ ਤੇ ਵੈਰੈਟੀ ਤੋਂ ਵੈਰੈਟੀ ਵੀ ਫਰਕ ਪੈਂਦਾ ਮੁੰਜਰ ਨਿਕਲਣ ਤੋਂ ਬਾਅਦ ਬੂਰ ਪੈਂਦਾ ਠੀਕ ਹੈ ਜੀ ਉਹ ਬੂਰ ਪੈਂਦਾ ਜੀ ਅਗਲੇ 7 ਦਿਨਾਂ ਤੱਕ ਬੂਰ ਪਾਇਆ ਜਾਂਦਾ ਅਗਲੇ ਸੱਤਾਂ ਦਿਨਾਂ ਤੱਕ ਜਦੋਂ ਬੂਰ ਪੈਂਦਾ ਤੇ ਦੁੱਧਾ ਸਟੇਜ ਸ਼ੁਰੂ ਹੋ ਜਾਂਦੀ ਹੈ ਦੁੱਧਾ ਭਰਨ ਦੀ ਸਟੇਜ ਜਾਂ ਮਿਲਕ ਗ੍ਰੇਨ ਸਟੇਜ ਇਹਦੀ ਆਪਾਂ ਗੱਲ ਕਰਾਂਗੇ ਡਿਟੇਲ ਤੇ ਜ਼ਰੂਰੀ ਹੈ ਠੀਕ ਹੈ ਉਸ ਤੋਂ ਬਾਅਦ ਡਵ ਸਟੇਜ ਕੀ ਹੁੰਦੀ ਉਹਦੀ ਵੀ ਗੱਲ ਕਰਦੇ ਹਾਂ ਤੇ ਖੇਤ ਵਿੱਚ ਵੀਰੋ ਇੱਕੋ ਵਾਰੀ ਸਾਰਾ ਕੁਝ ਨਹੀਂ ਹੁੰਦਾ ਮਤਲਬ ਕਿ ਦੁੱਧਾ ਸਟੇਜ ਵੀ ਸਾਰਿਆਂ ਦੀ ਇੱਕੋ ਦਮ ਨਹੀਂ ਨਿਕਲਦੀ ਠੀਕ ਹੈ ਇੱਕੋ ਦਮ ਮਿਲਕ ਗ੍ਰੇਨ ਸਟੇਜ ਨਹੀਂ ਪੈਂਦੀ ਤਾਂ ਇਹ ਕਈ ਬੂਟੇ ਹਜੇ ਬੂਰ ਪਿਆ ਹੁੰਦਾ ਹੈ ਕਈਆਂ ਦੀ ਦੁੱਧਾ ਸਟੇਜ ਸਟਾਰਟ ਹੋ ਜਾਂਦੀ ਹੈ ਕਿਉਂਕਿ ਇਹ ਕਿਹੜਾ ਲੈਬਾਰਟਰੀ ਹੈ ਕੋਈ ਤੇ ਅੱਗੇ ਵੀਰੋ ਬੂਰ ਛੜਨ ਤੋਂ ਬਾਅਦ ਅਗਲੇ 10 ਤੋਂ 15 ਦਿਨ ਜਿਹੜੀ ਦੁੱਧਾ ਪੈਣ ਦੀ ਸਟੇਜ ਹੈ ਇਹ ਚੱਲਦੀ ਹੈ ਹੁਣ ਦੁੱਧਾ ਪੈਣਾ ਕੀ ਹੁੰਦਾ ਜਦੋਂ ਆਪਾਂ ਮੁੰਜਰ ਨੂੰ ਦੇਖਦੇ ਆ ਤੇ ਉਹਦੇ ਵਿੱਚ ਜਦੋਂ ਦਾਣੇ ਨੂੰ ਥੋੜਾ ਨੱਪਦੇ ਆ ਉਹਦੇ ਵਿੱਚ ਨਾ ਤਰਲ ਪਦਾਰਥ ਜਾਂ ਹੁੰਦਾ ਹੈ ਪਾਣੀ ਵਰਗਾ ਮਤਲਬ ਦੁੱਧ ਦੇ ਦੁੱਧ ਟਾਈਪ ਜਿਹਾ ਚਿੱਟਾ ਜਿਹਾ ਤਰਲ ਪਦਾਰਥ ਹੁੰਦਾ ਉਹਨੂੰ ਦੁੱਧ ਦਾ ਸਟੇਜ ਕਹਿੰਦੇ ਆ ਇਹ ਬੂਰ ਚੜਨਸਾਰ 10 ਤੋਂ 15 ਦਿਨ ਅੱਗੇ ਚੱਲਦੀ 10 15 ਦਿਨ ਤੇ ਸਾਰਿਆਂ ਨੂੰ ਆਪਾਂ ਨੂੰ ਪਤਾ ਹੈ ਦੀ ਸਮਾਪਤੀ ਕਦੋਂ ਹੁੰਦੀ ਹੈ ਇਹ ਖਤਮ ਕਦੋਂ ਹੁੰਦੀ ਹੈ ਸਟੇਜ ਜਦੋਂ ਮੁੰਜਰ ਥੱਲੇ ਨੂੰ ਝੁੱਕ ਜਾਂਦੀ ਹੈ ਇਹ ਸਟੇਜ ਖਤਮ ਹੋ ਜਾਂਦੀ ਹੈ ਇਹ ਟੈਕਨੀਕਲ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸੀਆਂ ਹੁਣੇ ਤੁਹਾਨੂੰ ਪਤਾ ਲੱਗ ਜਾਏਗਾ ਇਹ ਕਾਦੇ ਵਾਸਤੇ ਮੈਂ ਦੱਸੀਆਂ ਥੋੜੀਆਂ ਜੀਆਂ ਟੈਕਨੀਕਲ ਗੱਲਾਂ ਇਹ ਬਹੁਤ ਹੀ ਜ਼ਰੂਰੀ ਹੈ ਤਾਂ ਕਿ ਆਪਣਾ ਝਾੜ ਵਧੀਆ ਹੋਵੇ ਇਹ ਮੈਂ ਤੁਹਾਨੂੰ ਅੱਗੇ ਦੱਸਦਾ ਤੇ ਬਾਕੀ ਇਹ ਦੁੱਧਾ ਜਦੋਂ ਇਹ ਦੁੱਧ ਝੁਕ ਜਾਂਦੀ ਹੈ ਮੁੰਜਰ ਤੇ ਦੁੱਧਾ ਥੋੜਾ ਜਿਹਾ گاੜਾ ਹੋ ਜਾਂਦਾ ਹੈ ਇਹ 10-15 ਦਿਨ ਦਾ ਪ੍ਰੋਸੈਸ ਹੁੰਦਾ ਹੁਣ ਵੀਰੋ ਅਸਲ ਗੱਲ ਤੇ ਇਹ ਹੈ ਆਈਏ ਆਪਾਂ ਪਾਣੀ ਕਿਵੇਂ-ਕਿਵੇਂ ਲਾਉਣਾ ਹੈ ਇਸ ਸਟੇਜ ਤੇ ਜਿਹੜੀ ਮੈਂ ਸਟੇਜ ਤੁਹਾਨੂੰ ਦੱਸੀ ਆ ਨਾ 10 ਤੋਂ 15 ਦਿਨ ਇਸ ਸਟੇਜ ਤੇ ਆਪਾਂ ਪਾਣੀ ਕਿਵੇਂ ਲਾਈਏ ਹੌਣ ਪਾਣੀ ਲਾਉਣ ਦਾ ਇਹ ਤਰੀਕਾ ਜੀ ਇਸ ਸਟੇਜ ਤੇ ਵੀ ਜਮੀਨ ਖੇਤ ਨੂੰ ਇੱਕ ਵਾਰੀ ਭਰ ਲਓ ਠੀਕ ਹੈ ਜੀ ਭਰਨ ਤੋਂ ਬਾਅਦ ਉਹਨੂੰ ਸੁੱਕਣ ਦਾ ਟਾਈਮ ਦਿਓ ਪਾਣੀ ਨੂੰ ਤਾਂ ਕਿ ਜ਼ਮੀਨ ਦੇ ਵਿੱਚ ਪਾਣੀ ਚਲਾ ਜਾਵੇ ਹੌਲੀ ਹੌਲੀ ਜ਼ਮੀਨ ਦੇ ਵਿੱਚ ਪਾਣੀ ਥੱਲੇ ਚਲਾ ਜਾਵੇ ਜਜ਼ਬ ਕਰ ਲੇ ਜ਼ਮੀਨ ਜਦੋਂ ਪਾਣੀ ਸੁੱਕ ਗਿਆ ਜਜ਼ਬ ਹੋ ਗਿਆ ਜ਼ਮੀਨ ਦੇ ਵਿੱਚ ਇੱਕ ਤੋਂ ਦੋ ਦਿਨ ਦਿਓ ਖੇਤ ਨੂੰ ਉਸ ਤੋਂ ਬਾਅਦ ਦੋ ਕੁ ਦਿਨਾਂ ਬਾਅਦ ਫੇਰ ਪਾਣੀ ਲਾ ਲਓ ਫੇਰ ਭਰ ਲਓ ਫੇਰ ਇਸ ਤਰ੍ਹਾਂ ਇਹ 10-15 ਦਿਨ ਇਸ ਤਰ੍ਹਾਂ ਚੱਲੂਗਾ ਪ੍ਰੋਸੈਸ ਤਾਂ ਇਹ ਸਟੇਜ ਲਈ ਇਹ ਬਹੁਤ ਲਾਹੇਵੰਦ ਹੈ ਤੇ ਆਪਣਾ ਦਾਣਾ ਵੀ ਵਧੀਆ ਅਗਾਂਹ ਸਟੇਜ ਤੇ ਜਾਊਗਾ ਦੁੱਧ ਦਾ ਸਟੇਜ ਤੋਂ ਵਧੀਆ ਪਰ ਇੱਥੇ ਰਸ ਚੂਸਕ ਕੀੜੇ ਆ ਜਿਹੜੇ ਇਹ ਸਟੇਜ ਤੇ ਹਮਲਾ ਕਰਦੇ ਆ ਠੀਕ ਹੈ ਜੀ ਤੇਲਾ ਜੀ ਨੂੰ ਕਹਿੰਦੇ ਆ ਟਿੱਡਾ ਕਹਿੰਦੇ ਆ ਉਹ ਹਮਲਾ ਕਰਦੇ ਆ ਇਹਦੇ ਵਾਸਤੇ ਮੈਂ ਵੱਖਰੀ ਵੀਡੀਓ ਬਣਾਈ ਹੋਈ ਹੈ ਵੀ ਕਿਵੇਂ ਉਹ ਕਿਵੇਂ ਉਹਨਾਂ ਦੀ ਪਛਾਣ ਕਰਨੀ ਕਿਹੜੀ ਸਪਰੇਅ ਕਰਨੀ ਹੈ ਕਦੋਂ ਕਰਨੀ ਹੈ ਤੇ ਇਸ 스테ਜ ਤੇ ਖਾਸ ਕਰਕੇ ਕੀੜਾ ਪਿੰਦਾ ਤੇ ਰਸ ਚੂਸਕ ਕੀੜਾ ਆਪਾਂ ਨੂੰ ਪਤਾ ਹੈ ਵੀ ਇਸ 스테ਜ ਤੋਂ ਮੇਨ ਚੀਜ਼ ਹੈ ਵੀ ਝੰਡਾ ਪੱਤਾ ਜਿਹੜਾ 60% ਖਰਾਕ ਉੱਪਰ ਵੱਲ ਨੂੰ ਲੈ ਜਾਂਦਾ ਲਜਾਣੀ ਸ਼ੁਰੂ ਕਰਦਾ ਤੇ ਨਾਲ ਦੋ ਪੱਤੇ ਉਹਦੇ ਕੰਮ ਕਰਦੇ ਆ ਝੰਡੇ ਪੱਤੇ ਦੇ ਠੀਕ ਹੈ ਜੀ ਕਿਵੇਂ ਹੁੰਦਾ ਇਹ ਕੰਮ ਹੇਠਲੇ ਪੱਤੇ ਜਿਹੜੇ ਹੇਠਲੇ ਪੱਤੇ ਆ ਉਹਨਾਂ ਤੋਂ ਨਾਈਟ੍ਰੋ ਜੇ ਨਿਕਲ ਕੇ ਉੱਪਰ ਦਾਣੇ ਵੱਲ ਨੂੰ ਚੱਲਣ ਲੱਗ ਪੈਂਦਾ ਤੇ ਇਹੇ ਹੀ ਟਾਹਾਂ ਤੋਂ ਪੱਤਾ ਜਿਹੜਾ ਬੂਟਾ ਮਰਨੇ ਸਟਾਰਟ ਹੋ ਜਾਂਦੇ ਆ ਤੇ ਆਪਣੀ ਪ੍ਰਾਲੀ ਦਾ ਪ੍ਰੋਸੈਸ ਜਿਹੜੀ ਪ੍ਰਾਲੀ ਬਣਦੀ ਆ ਉਹਦਾ ਪ੍ਰੋਸੈਸ ਸਟਾਰਟ ਹੋ ਜਾਂਦਾ ਹੈ ਉਤਲੇ ਤਿੰਨ ਪੱਤੇ ਹੀ ਐਕਟਿਵ ਰਹਿੰਦੇ ਆ ਝੰਡਾ ਤੇ ਨਾਲ ਦੇ ਦੋ ਪੱਤੇ ਜਦੋਂ ਮਿੱਤਰੋ ਇਹ ਸਟੇਜ 15 ਦਿਨ ਬਾਅਦ ਇਹ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਆਉਂਦੀ ਹੈ ਜੀ ਸਟੇਜ ਅਗਲੇ 10 ਦਿਨਾਂ ਤੱਕ ਚੱਲਦੀ ਜਿਹੜੀ 10 ਤੋਂ 12 ਦਿਨ ਤੱਕ ਚੱਲਦੀ ਉਹਨੂੰ ਡਵ ਸਟੇਜ ਕਹਿੰਦੇ ਆ ਇਹਦੇ ਵਿੱਚ ਦੋ ਤਰੀਕੇ ਦੋ ਸਟੇਜਾਂ ਅੱਗੇ ਆ ਜਾਂਦੀਆਂ ਸੌਫਟ ਜਿਵੇਂ ਪੂਲੀ ਡਵ ਸਟੇਜ ਹਾਰਡ ਕਰੜੀ ਡਵ ਸਟੇਜ ਸੌਫਟ ਤੋਂ ਪੂਲੀ ਤੋਂ ਤੁਹਾਨੂੰ ਪਤਾ ਲੱਗ ਗਿਆ ਜਿਹੜਾ ਇਹ ਦੁੱਧਾ ਬਣਿਆ ਠੀਕ ਹੈ ਜੀ ਤਰਲ ਪਦਾਰਥ ਇਹ ਥੋੜਾ ਜਿਹਾ ਸੰਘਣਾ ਹੋ ਜਾਂਦਾ ਇਹਨੂੰ ਸੌਫਟ ਕਹਿੰਦੇ ਆ ਤੇ ਇਹ ਜਿਹੜੀ ਹਾਰਡ ਹੈ ਉਦੋਂ ਦਾਣਾ ਪੂਰਾ ਕਰੜਾ ਜਦੋਂ ਹੋ ਜਾਂਦਾ ਪੂਰਾ ਤਿਆਰ ਹੋਣ ਵੱਲ ਨੂੰ ਤਿਆਰ ਹੋ ਜਾਂਦਾ ਉਹਨੂੰ ਹਾਰਡ ਡਬ ਸਟੇਜ ਕਹਿੰਦੇ ਆ ਹੁਣ ਇਸ ਡਬ ਸਟੇਜ ਦੇ ਵਿੱਚ ਪਾਣੀ ਕਿਵੇਂ ਲਾਉਣਾ ਪਹਿਲਾਂ ਆਪਾਂ ਪਾਣੀ ਸਿੱਖਿਆ ਵੀ ਉਹਦਾ ਪਤਾ ਕੀਤਾ ਕਿਵੇਂ ਲਾਉਣਾ ਉਹ ਦੁੱਧ ਦਾ ਸਟੇਜ ਆ ਉਹਦੇ ਵਿੱਚ ਭਰ ਕੇ ਸਕਾ ਕੇ ਦੋ ਦਿਨ ਦਾ ਵਕਵਾ ਦੇ ਕੇ ਫਿਰ ਭਰ ਕੇ ਲਾਓ ਫਿਰ ਦੋ ਦਿਨ ਛੱਡ ਕੇ ਹੁਣ ਇਹ ਡਬ ਸਟੇਜ ਆ ਜਿਹੜੀ ਜਦੋਂ ਆਪਣਾ ਦੁੱਧਾ ਜਦੋਂ ਗਾੜਾ ਹੋ ਜਾਂਦਾ ਤੇ ਹੌਲੀ ਹੌਲੀ ਦਾਣਾ ਗਾੜਾ ਹੋਣ ਲੱਗ ਪੈਂਦਾ ਉਹ ਸਟੇਜ ਆ ਜੀ ਇਹ ਨੂੰ ਡਵ ਸਟੇਜ ਕਹਿੰਦੇ ਆ ਟੈਕਨੀਕਲ ਭਾਸ਼ਾ ਚ ਤੇ ਇਹਦੇ ਵਿੱਚ ਜ਼ਮੀਨ ਨੂੰ ਗਿੱਲਾ ਹੀ ਰੱਖਣਾ ਪਾਣੀ ਭਰ ਕੇ ਨਹੀਂ ਲਾਉਣਾ ਇਸ ਸਟੇਜ ਦੇ ਵਿੱਚ ਜ਼ਮੀਨ ਨੂੰ ਗਿੱਲਾ ਹੀ ਰੱਖਣਾ ਪਾਣੀ ਭਰ ਕੇ ਨਹੀਂ ਲਾਉਣਾ ਤੇ ਪਾਣੀ ਜਮਾ ਸਕਾਉਣਾ ਵੀ ਨਹੀਂ ਜ਼ਮੀਨ ਦਾ ਤਾਂ ਕਿ ਚਿੱਟਾ ਖੇਤ ਨਾ ਨਿਕਲਿਆ ਵੇ ਵੈਸੇ ਤਾਂ ਨਿਕਲਦਾ ਨਹੀਂ ਇੰਨਾ ਦਿਨਾਂ ਚ ਪਰ ਪਾਣੀ ਜਮਾ ਬਿਲਕੁਲ ਨਹੀਂ ਸਕਾਉਣਾ ਥੋੜਾ ਜਿਹਾ ਗਿੱਲਾ ਰੱਖਣਾ ਖੇਤ ਨੂੰ ਭਰ ਕੇ ਵੀ ਨਾ ਲਾਓ ਠੀਕ ਹੈ ਜੀ ਇਹ ਸਟੇਜ ਹੈ ਜੀ ਜਦੋਂ ਬੂਟਾ ਮਰਨ ਵਾਲੇ ਪਾਸੇ ਤੁਰ ਪੈਂਦਾ ਠੀਕ ਹੈ ਆਪਣੀ ਖੁਰਾਕ ਹੌਲੀ-ਹੌਲੀ ਘਟਾਉਣੀ ਬੰਦ ਘਟਾਉਣੀ ਸ਼ੁਰੂ ਕਰਦਾ ਤੇ ਹੌਲੀ-ਹੌਲੀ ਖੁਰਾਕ ਬੰਦ ਬੰਦ ਕਰਨ ਵਾਲੇ ਪਾਸੇ ਨੂੰ ਤੁਰ ਪੈਂਦਾ ਕਈ ਵੀਰ ਮੇਲ ਕਰਕੇ ਮੈਨੂੰ ਪੁੱਛਦੇ ਆ ਬਈ 13 13045 ਕਰਤੀਏ ਸਪਰੇ ਇਹ ਸਟੇਜ ਤੇ ਸਪਰੇ ਕਰਨ ਦਾ ਕੋਈ ਫਾਇਦਾ ਨਹੀਂ ਜੀ ਇਸ ਸਟੇਜ ਤੇ ਤੇਲ ਆ ਜਾਂ ਟਿੱਡਾ ਬੂਟੇ ਨੂੰ ਨੁਕਸਾਨ ਨਹੀਂ ਕਰਦਾ ਤੇ ਇਸ ਸਟੇਜ ਤੇ ਸਪਰੇ ਨਾ ਕਰੋ ਕੋਈ ਫਾਇਦਾ ਨਹੀਂ ਇਸ ਸਟੇਜ ਤੋਂ ਬਚਣ ਲਈ ਮਤਲਬ ਜਦੋਂ ਆਹ ਫਾਈਨਲ ਡਬ ਸਟੇਜ ਹੈ ਪਾਣੀ ਪਰਕੇ ਨਾ ਲਾਓ ਠੀਕ ਹੈ ਜੀ ਤੇ ਜੇ ਪਾਣੀ ਪਰਾਗੇ ਤਾਂ ਫਸਲ ਟੇਢੀ ਹੋ ਜੂ ਜਦੋਂ ਆਪਾਂ ਦਾਣੇ ਮਸ਼ੀਨ ਲਾਉਨੇ ਆ ਤਾਂ ਦਾਣੇ ਅੱਧੇ ਦਾ ਥੱਲੇ ਹੀ ਖਿੱਲਰ ਜਾਂਦੇ ਆ ਇਹ ਤੇਲਾ ਨਹੀਂ ਇੰਨਾ ਮਾਰਦਾ ਜਦੋਂ ਆਪਾਂ ਪਾਣੀ ਲਾ ਦਿੰਨੇ ਆ ਫਸਲ ਦਾ ਬੁੱਟਾ ਟੇਡਾ ਹੋ ਜਾਂਦਾ ਥੱਲੇੋਂ ਤਾਂ ਮਰਨਾ ਸਟਾਰਟ ਹੋ ਜਾਂਦਾ ਤੇ ਦਾਣੇ ਥੱਲੇ ਖਿੱਲਰ ਜਾਂਦੇ ਆ ਸੋ ਆਪਣੀਆਂ ਅੰਗੈਲੀਆਂ ਕਰਕੇ ਇਹ ਝਾੜ ਘਟਦਾ ਤੇ ਇਸ ਸਟੇਜ ਤੇ ਤੇਲਾ ਜਾਂ ਟਿੱਡਾ ਕੁਝ ਨਹੀਂ ਕਰਦਾ ਇਹਦਾ ਤੇ ਜਦੋਂ ਉਸ ਤੋਂ ਬਾਅਦ ਵੀਰੋ ਮੁੰਜਰਾ ਭੂਰੀਆਂ ਜੀਆਂ ਪੈਣ ਲੱਗ ਪੈਂਦੀਆਂ ਪਾਸੇ ਵਾਲੇ ਪਾਸਿਆਂ ਤੋਂ ਤੇ ਦਾਣਾ ਪੂਰਾ ਕਰੜਾ ਹੋ ਜਾਂਦਾ ਹੈ ਕੁਝ ਵੈਰਾਈਟੀਆਂ ਦੇ ਪੱਤੇ ਵੀ ਰੰਗ ਬਦਲ ਜਾਂਦੇ ਆ ਤੇ ਅਗਲੇ 10 ਤੋਂ 15 ਦਿਨ ਉਸ ਤੋਂ ਬਾਅਦ ਆਪਾਂ ਕਟਾਈ ਕਰ ਲੈਨੇ ਆ ਪਾਣੀ ਇਸ ਸਟੇਜ ਤੇ ਜਦੋਂ ਦਾਣਾ ਕਰੜਾ ਹੋ ਜੇ ਥੋੜਾ ਰੰਗ ਬਦਲ ਜੇ ਮੁੰਜਰਾ ਵਾਲੇ ਪਾਸਿਓਂ ਤੇ ਉਦੋਂ ਆਪਾਂ ਪਾਣੀ ਬਿਲਕੁਲ ਨਹੀਂ ਲਾਉਣਾ ਬਿਲਕੁਲ ਨਹੀਂ ਲਾਉਣਾ ਪਾਣੀ ਠੀਕ ਹੈ ਜੀ ਉਹ 10 15 ਦਿਨ ਦੇਓ ਖੇਤ ਨੂੰ ਉਸ ਤੋਂ ਬਾਅਦ ਆਪਾਂ ਫਸਲ ਆਪਦੀ ਕੱਟ ਲੈਣੇ ਆ ਵੀਰੋ ਇੱਕ PR 121 ਦੇ ਵਿੱਚ ਜਿਵੇਂ ਬੈਕਟੀਰੀਆ ਬੈਕਟੀਰੀਆ ਲੀਫ ਬਲਾਈਟ ਹੈ ਜਿਹੜੀ ਬਿਮਾਰੀ ਦਾ ਮੈਂ ਜ਼ਿਕਰ ਕੀਤਾ ਉਲੀ ਰੋਗ ਹੈ ਇਹ ਤੇ ਇਹ ਮੈਂ ਪਿਛਲੀਆਂ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਇਸ ਬਿਮਾਰੀ ਦਾ ਤੁਸੀਂ ਵੇਖ ਲਓ ਜੇ ਉਹ ਮੇਰੀ ਪਲੇਲਿਸਟ ਚ ਜਾ ਕੇ ਤੇ ਇਹ ਪੌਦਾ ਜਦੋਂ ਇਹ ਜਦੋਂ ਮੁੰਜਰਾ ਝੁਕਦੀਆਂ ਤੇ ਉਦੋਂ ਪੈਂਦੀ ਹੈ ਬਿਮਾਰੀ ਇਸ ਨੂੰ ਠੀਕ ਹੈ ਜੀ ਤੇ ਇਹ ਬੈਕਟੀਰੀਅਲ ਲੀਫ ਬਲਾਈਟ ਨੁਕਸਾਨ ਨਹੀਂ ਕਰਦੀ ਕਿਤੇ ਉਦੋਂ ਸਪਰੇਅ ਨਾ ਕਰਨਾ ਪੁਜੇ ਹਾਂ ਬਸ ਪੀਆਰ 121 ਦਾ ਇੰਨਾ ਕ ਵੀ ਬਾਕੀ ਆਪਾਂ ਛੋਣੇ ਜਿਹੜੇ ਹੈਗੇ ਉਹਨਾਂ ਨਾਲੋਂ ਪਹਿਲਾਂ ਹਫਤਾ ਕੁ ਵੱਢ ਲੈਨੇ ਬਸ ਇੰਨਾ ਕੀ ਫਰਕ ਪੈਂਦਾ ਕੋਈ ਨੁਕਸਾਨ ਨਹੀਂ ਕਰਦੀ ਇਸ ਲਈ ਮੈਂ ਵਾਰ-ਵਾਰ ਕਹਿੰਦਾ ਇਸ ਸਟੇਜ ਤੇ ਆ ਕੇ ਡਵ ਸਟੇਜ ਤੇ ਹਾਰਡ ਸਟੇਜ ਤੇ ਸਪਰੇਅ ਨਾ ਕਰੋ ਜੇ ਤੇ ਆਪਣੀ ਫਸਲ ਨੂੰ ਵੀ ਇਹ ਇਹ ਬਿਮਾਰੀਆਂ ਨੇ ਕੋਈ ਨੁਕਸਾਨ ਨਹੀਂ ਕਰਨਾ ਤੇ ਤਾਂ ਕਿ ਆਪਣਾ ਥੱਲੋਂ ਜੜਾਂ ਗਲ ਕੇ ਬੂਟਾ ਟੇਡਾ ਨਾ ਕਰ ਲਈਏ ਤੇ ਥੱਲੇ ਹੀ ਦਾਨੇ ਖਿਲਰ ਕੇ ਉਹਦਾ ਝਾੜ ਇਸ ਤਰ੍ਹਾਂ ਹੀ ਘਟੂਗਾ ਜੇ ਘਟੂਗਾ ਤਾਂ ਤੇ ਬਾਕੀ ਵੀਰੋ ਜਿਹੜੀਆਂ ਉਲੀ ਕਿਹੜੀ ਕਿਹੜੀ ਕਿਸਮ ਦੀ ਹੈ ਤੇ ਕਿਵੇਂ-ਕਿਵੇਂ ਉਹ ਪੈਂਦੀ ਹੈ ਤੇ ਹੋਰ ਸਰਕਾਰ ਦੀਆਂ ਕਿਹੜੀਆਂ-ਕਿਹੜੀਆਂ ਸਕੀਮਾਂ ਕੀ ਸਬਸਿਡੀ ਮਿਲਦੀ ਉਹਨਾਂ ਸਕੀਮਾਂ ਤੇ ਸਾਰੀਆਂ ਵੀਡੀਓ ਮੇਰੀਆਂ ਪਲੇਲਿਸਟ 'ਚ ਜਾ ਕੇ ਦੇਖ ਸਕਦੇ ਹੋ ਤੇ ਜਿੰਨਾ ਵੀ ਜਿਹੜੇ ਵੀਰ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਕਿ ਮੈਂ ਆਪਜੀ ਅੱਗੇ ਹੋਰ ਵੀਡੀਓ ਜਿਹੜੀਆਂ ਅਗਲੀ ਫਸਲ ਅਗਲੇ ਸਟੇਜਾਂ ਵਾਸਤੇ ਆਪਾਂ ਨੂੰ ਲੋੜ ਹੈ ਫਸਲ ਦੀ ਉਹ ਮੈਂ ਵੀਡੀਓ ਤੁਰੰਤ ਤੁਹਾਡੇ ਲਈ ਲੈ ਕੇ ਆਵਾਂ ਵੀਡੀਓ ਬਣਾਉਣ ਦਾ ਹੌਸਲਾ ਵੀ ਮਿਲਦਾ ਰਵੇ ਸਾਰੇ ਵੀਰਾਂ ਨੂੰ ਫੇਰ ਤੋਂ ਬਹੁਤ-ਬਹੁਤ ਸਤਿ ਸ੍ਰੀ ਅਕਾਲ ਧੰਨਵਾਦ